बहुत ही सत्कारयोग 8736 कच्चे मुलाजम साथियों धरना अपना कंटिन्यू चल रहा है चलता रहूगा। कल अपनी मीटिंग सी 22 तरीक नूं मीटिंग की बहुत सारी डिटेल्स दे विच जिहड़ियां गल्लां ने सूबा कमेटी दसूगी। मेन गल जिहड़ी मैं तुहानूं मेन जी तुहानूं नोट करवाउणी चाहुंदा वी सरकार नूं असीं इह पक्ष रखण दे विच कामयाब होए आं, अपनी गल रखण च कामयाब होए आं वी तुसीं साडे लई पॉलिसी बनाई सी ते असी उस पॉलिसी दे अकॉर्डिंग ही तुहाडे तों आपदी प्राप्ति लैणी है ते तुसीं उह देणा वी चाहुंदे सी। क्यों पलट गए, की पलट गए, की कारण होया, ये तुहाडी मतलब लैण देणा है, तुसीं इहनूं सैट करो। सो सरकार दे वल्लों जिहड़े वी उत्थे हैगे सीगे अधिकारी उन्हां दे वल्लों बहुत सारियां गल्लां ते इह सिर जिस च हिलाया गया वी हां इत्थे तुसीं सही हो, पर उन्हां दा की मजबूरी है, की कारण ने, उन्हूं उह सैट करनगे वी जां नहीं करनगे, जां उन्हां दे सिर्फ लॉलीपॉप ने, इह समां दसूगा। सो अपनी मुख मंग सी जिहड़ी वी सानूं मतलब स्केल दिंदे होए ग्रेड पे दे आधार ते रेगूलर करो ना कि उकड़ पुक्की तनखा। इहदे विच असीं इत्थे तक जरूर जा सकदे हां वी जिहड़ी तुसीं अज तनखा दे रहे हो उहनूं स्केल दे विच फिट करो, जिहड़े इह स्केल दे आधार ते लाभ होणगे उहनां दे वेरवे ने चाहे उह तुसीं अगे दे दिओ, ते इहदे विच जिहड़ा कुछ हुण मौजूदा समें च दिओगे उह सानूं इह गल दी तसल्ली प्रगट करे वी हां इह चीज़ां अगे मिलणगीआं, उहदी उच कुछ लिखती उच कुछ गल्लां इहो जिहियां होण जिहदे नाल सानूं इह स्पष्ट होवे जिहदे आधार ते साडा लड़ाई दा जां सानूं सरकार नाल जिहड़ा सिस्टम बणूगा उह कंटिन्यू चलदा रहे। सो दोस्तो इह ते काफ़ी उन्हां वल्लों हां पक्की सिर हिलाया गया सरकार वल्लों कह सकदे हां। हुण लड़ाइयां दो तरां दीआं चली जांदीआं ने, अपणे ही बंदे जिहड़े अपणे ही भैण भरा ने ਉਹ ਇੰਨਾ ਮਤਲਬ ਜੜਾ ਐ ਦਾਤੀ ਚੱਕੀ ਫਿਰਦੇ ਨੇ ਜੜਾਂ ਚ ਮਾਰਨ ਨੂੰ। ਦੇਖੋ ਆਪਣੀ ਆਪਣੀ ਲਾਈਨ ਤੇ ਆਪਣੇ ਆਪਣੇ ਦਿਮਾਗ ਨਾਲ ਚੱਲਣਾ ਹੁੰਦਾ, ਇਹ ਕੋਈ ਮਾੜੀ ਗੱਲ ਨਹੀਂ, ਚੱਲਣਾ ਹੁੰਦਾ ਲੜਾਈ ਆਪਦੀ ਆਪਦੀ, ਜਿਵੇਂ ਸਫੀਸੈਂਟ ਲੱਗਦਾ ਕਿਸੇ ਨੂੰ ਉਹ ਅੱਗੇ ਵਧਾਉਣੀ ਹੁੰਦੀ ਹੈ, ਪਰ ਇਸ ਤਰ੍ਹਾਂ ਨਹੀਂ ਹੁੰਦਾ ਵੀ ਅਸੀਂ 21 ਤਰੀਕ ਨੂੰ ਉਸੇ ਮੰਤਰੀ ਨਾਲ ਮੀਟਿੰਗ ਕਰਕੇ ਆਏ ਹੋਈਏ, 22 ਤਰੀਕ ਨੂੰ ਸੰਘਰਸ਼ ਵਾਲੇ ਬੰਦਿਆਂ ਦੀ ਮੀਟਿੰਗ ਹੋਵੇ ਤੇ 22 ਤਰੀਕ ਨੂੰ ਫੇਰ 10 ਬੰਦੇ ਜਾ ਕੇ ਵਿੱਚ ਜਾ ਵੜੋ ਤੇ ਪਿੱਛੇ ਬੈਠ ਜਾਓ ਇੱਕ ਸ਼ਬਦ ਕਹਿਣ ਦੇ ਲਈ ਵੀ ਇਹ ਜਿੰਨੀ ਗੱਲ ਤੇ ਤੁਹਾਡੇ ਨਾਲ ਜੱਦੋਜਹਿਦ ਕਰਕੇ ਗਏ ਨੇ ਜੀ ਇਹ, ਤੇ ਇਹਦੇ ਮੱਦੇਨਜ਼ਰ ਜਿਹੜਾ ਤੁਸੀਂ ਸਾਨੂੰ ਦੇਣਾ ਚਾਹੁੰਦੇ ਹੋ ਉਹ ਸਾਨੂੰ ਮਨਜ਼ੂਰ ਹੈ ਸਿਰਫ ਇੱਕ ਸ਼ਬਦ ਕਹਿਣ ਵਾਸਤੇ। ਇਹ ਮਤਲਬ ਬਾਹਲੀ ਚੰਗੀ ਗੱਲ ਨਹੀਂ ਹੈਗੀ, ਆਪਾਂ ਰੋਕ ਨਹੀਂ ਸਕਦੇ ਕਿਸੇ ਨੂੰ, ਇਹ ਆਪਾਂ ਕਿਸੇ ਨੂੰ ਮਤਲਬ ਬਾਂਹ ਫੜ ਕੇ ਨਹੀਂ ਰੋਕ ਸਕਦੇ, ਇੱਛਾਵਾਂ ਹੁੰਦੀਆਂ ਨੇ। ਪਰ ਐਂ ਲੱਗਦਾ ਵੀ ਮੈਂ ਮੰਨ ਲਓ ਉਰੇ ਬੈਠਾ ਜਿਵੇਂ ਹੈ ਨਾ ਇੱਥੇ, ਇਹ ਮੈਂ ਕਿਸੇ ਬੋਝ ਤੋਂ ਮੁਕਤ ਹੋਣ ਲਈ ਬੈਠਾ, ਮਤਲਬ ਮੇਰੇ ਦਿਮਾਗ 'ਚ ਇਹ ਬੋਝ ਨਾ ਰਹੇ ਵੀ ਇੰਦਰਜੀਤ ਸਿੰਘ ਤੂੰ ਆਪਣੇ ਹੱਕਾਂ ਵਾਸਤੇ ਸਰਕਾਰ ਨਾਲ ਲੜਿਆ ਨਹੀਂ ਅਤੇ ਮੈਂ ਲੜ ਰਿਹਾ, ਇਹਦਾ ਸਿੱਟੇ ਕੀ ਨਿਕਲਣਗੇ ਉਹ ਅਲੱਗ ਗੱਲ ਹੈ, ਪਰ ਮੈਂ ਇਸ ਬੋਝ ਤੋਂ ਮੁਕਤ ਹੋ ਜੂੰਗਾ ਵੀ ਮੈਂ ਲੜਿਆ ਆਪਦੇ ਹੱਕ ਵਾਸਤੇ, ਜਿਹੜੀ ਸਰਕਾਰ ਨੇ ਸਾਡੇ ਸਾਨੂੰ ਪੱਕੇ ਕਰਨ ਦੇ ਵੋਟ ਲਾਏ ਸੀ, ਜਿਹੜੀ ਸਰਕਾਰ ਨੇ ਸਾਡੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ ਔਰ ਸਾਰਾ ਕੁਛ ਕਰ ਵੀ ਦਿੱਤਾ ਸੀ ਜਦੋਂ ਸਾਨੂੰ ਪਰੋਸਿਆ ਜਾਣ ਲੱਗਿਆ ਉਹ ਅਧੂਰਾ ਸੀ, ਅਤੇ ਉਹਦੇ ਵਾਸਤੇ ਲੜਾਈ ਲੜੀ ਜਾ ਰਹੀ ਹੈ, ਡੰਘਾਈ ਨਾਲ ਲੜੀ ਜਾ ਰਹੀ ਹੈ, ਸਿਰੇ ਤੱਕ ਦੀ ਲੜੀ ਜਾ ਰਹੀ ਹੈ। ਇਸ ਬੋਝ ਤੋਂ ਮੈਂ ਜਿੰਨੀ ਕੁ ਮੇਰੀ ਲਾਈਫ ਹੈ, ਘੰਟੇ ਦੋ ਘੰਟੇ ਜਾਂ ਮਹੀਨਿਆਂ ਸਾਲਾਂ ਅਤੇ ਸਦੀਆਂ ਦੀ ਜਿੰਨੀ ਵੀ ਹੈ ਉਹਦੇ ਵਿੱਚ ਇਹ ਮੈਂ ਬੋਝ ਤੋਂ ਮੁਕਤ ਹੋ ਜੂੰਗਾ। ਅਤੇ ਬਹੁਤ ਸਾਰੇ ਸਾਥੀ ਮੈਨੂੰ ਐਂ ਲੱਗਦਾ ਵੀ ਉਹ ਜਿਹੜੀ ਵਿਰੋਧ ਦੀ ਲਾਈਨ ਕੱਢ ਕੇ ਖੜੇ ਨੇ ਅਤੇ ਉਹ ਸਿਰਫ ਇਹ ਸ਼ਬਦ ਕਹਿਣ ਲਈ ਜਾਂਦੇ ਆ ਵੀ ਤੂੰ ਇਹ ਕੁਛ ਵੀ ਕਹੀ ਜਾਣ ਜੀ, ਜਿਹੜਾ ਤੁਸੀਂ ਸਾਨੂੰ ਦਿੰਦੇ ਹੋ ਸਾਨੂੰ ਮਨਜ਼ੂਰ ਹੈ, ਹਾਲਾਂਕਿ ਉਹ ਅਸੀਂ ਵੀ ਮਨਜ਼ੂਰ ਕਰਦੇ ਹਾਂ। ਇਸ ਗੱਲ ਨੂੰ ਕਿਵੇਂ ਸਮਝਾਈਏ ਵੀ ਉਹ ਜਿਹੜਾ ਦੇਣਾ ਚਾਹੁੰਦੇ ਨੇ ਉਹ ਦੇਣਾ ਨਹੀਂ ਚਾਹੁੰਦੇ, ਉਹ ਜਨਵਰੀ 'ਚ ਇਲੈਕਸ਼ਨ ਕੋਡ ਆਫ ਕੰਡਕਟ ਲਾਗੂ ਹੋ ਜਾਣਾ ਲੋਕ ਸਭਾ ਦਾ ਅਤੇ ਉਹਨਾਂ ਦਾ ਦਸੰਬਰ ਨਵੰਬਰ ਦਾ ਪਲਾਨ ਆ ਜਾ ਕੇ ਆਪਾਂ ਨੂੰ ਕੁਛ ਪ੍ਰਾਪਤੀ ਦੇਣ ਦਾ, ਅਤੇ ਉਹ ਅਸੀਂ ਚਾਹੁੰਦੇ ਹਾਂ ਵੀ ਅੱਜ ਹੀ ਸਾਨੂੰ ਦਿਓ, ਕਲਿੱਕ ਕਰਾਓ ਹੁਣੇ, ਦਿਓ ਘੰਟੇ 'ਚ ਦਿਓ, ਅਸੀਂ ਪ੍ਰਵਾਨ ਕਰਦੇ ਹਾਂ। ਕਲਿੱਕ ਦਾ ਮਤਲਬ ਦੋਸਤੋ ਇਹ ਨਹੀਂ ਗਾ ਵੀ ਉਹਨਾਂ ਨੇ ਪਦੋਂ ਜੈਸ ਨੂੰ ਕਰਾ ਲਿਆ ਕਿ ਲੈਟਰ ਪਾਉਣਗੇ ਉਹ ਆਨਲਾਈਨ, ਜਿਹ 'ਚ ਬਹੁਤ ਸਾਰੀਆਂ ਸ਼ਰਤਾਂ ਬਹੁਤ ਸਾਰੀਆਂ ਗੱਲਾਂ ਲਿਖੀਆਂ ਹੋਣਗੀਆਂ ਅਤੇ ਉਹ 'ਚ ਹੋਊਗਾ ਵੀ ਜੇ ਤੁਹਾਨੂੰ ਮਨਜ਼ੂਰ ਹੈ ਜੈਸ ਕਰੋ, ਜੇ ਨਹੀਂ ਮਨਜ਼ੂਰ ਤਾਂ ਨੋ ਕਰੋ। ਮੰਨ ਲਓ ਆਪਾਂ ਸਾਰਿਆਂ ਨੇ ਜੈਸ ਕਰਤਾ ਸੀ, ਕਹਿੰਦੇ ਵੀ ਸਾਰੇ ਜੈਸ ਕਰ ਦਿਓ, ਇੱਕ ਸਕਿੰਟ 'ਚ ਘੰਟੇ 'ਚ ਸਾਰੇ ਨਿਬੇੜ ਦਿਓ ਵੀ ਹਾਂ ਜੈਸ, ਪਰ ਉਹ ਜਦੋਂ ਆਪਾਂ ਕਲਿੱਕ ਕਰਤਾ ਕੀ ਉਸੇ ਦਿਨ ਤੋਂ ਉਸੇ ਘੰਟੇ ਤੋਂ ਸਾਡੀ ਤਨਖਾਹ ਬਣਨ ਲੱਗ ਜੂ, ਕੀ ਉਸੇ ਦਿਨ ਤੋਂ ਅਸੀਂ ਪੱਕੇ ਹੋ ਗਏ, ਉਹ ਤਾਂ ਸਿਰਫ ਉਹਨਾਂ ਨੇ ਜੈਸ ਨੋ ਪੁੱਛੀ ਹੋਊਗੀ। ਅਸੀਂ ਕਹਿੰਦੇ ਪੁੱਛ ਲਓ ਬਈ ਜਲਦੀ ਜਲਦੀ, ਅਸੀਂ ਸਾਰੇ ਜੈਸ ਹੀ ਆਂਗੇ, ਜੇ ਕੋਈ ਨੋ ਕਰਨਾ ਨਾ ਵੀ ਜਾਊਗਾ ਤਾਂ ਅਸੀਂ ਧੱਕੇ ਨਾਲ ਜੈਸ ਕਰ ਦਾਂਗੇ ਉਸ ਸਾਥੀ ਦਾ, ਅਸੀਂ ਕਿੱਥੋਂ ਜਾਣ ਦੇਣਾ ਚਾਹੁੰਦੇ ਹਾਂ, ਕੁਛ ਵੀ ਨਹੀਂ ਜਾਣ ਦੇਣਾ ਚਾਹੁੰਦੇ। ਸਾਡੀ ਡਿਮਾਂਡ ਇਹ ਆ ਵੀ ਜਿਹੜੀ ਚੀਜ਼ ਤੁਸੀਂ ਦੇਣਾ ਚਾਹੁੰਦੇ ਹੋ ਇਹ ਸਾਡੇ ਲਈ ਸਫੀਸੈਂਟ ਕਿੰਨੀ ਗਾ, ਇਹਦੇ ਆਧਾਰ 'ਤੇ ਅਸੀਂ ਅੱਗੇ ਤੱਕ ਕਦੋਂ ਜਾ ਕੇ ਸਿਕਿਓਰ ਹੋ ਸਕਾਂਗੇ, ਇਹ ਚੀਜ਼ਾਂ ਇਹਦੇ ਵਿੱਚ ਫਿੱਟ ਕਰੋ। ਪਹਿਲਾਂ ਸਾਡੇ ਲਈ ਉਹ ਸਿਰਫ ਟੁਕੜਾ ਦੇਣਾ ਚਾਹੁੰਦੇ ਸੀ, ਇਕੱਲਾ ਵੀ 2,500 ਮਿਲ ਗਿਆ ਖਜ਼ਾਨੇ 'ਚੋਂ, ਇੱਦਾਂ ਇੱਦਾਂ ਹੋ ਗਿਆ। ਹੁਣ ਉਹਦੇ ਵਿੱਚ ਉਹਨਾਂ ਨੂੰ ਚੇਂਜ ਕਰਨੇ ਪੈਣਗੇ ਸੰਘਰਸ਼, ਜੇ ਤਾਕਤ ਰਹੀ ਸੰਘਰਸ਼ 'ਚ, ਜੇ ਸੰਘਰਸ਼ ਫੇਲ ਹੋ ਗਿਆ ਫਿਰ ਦੇਖੋ ਗੱਲਾਂ ਵੱਖਰੀਆਂ ਨੇਗੀਆਂ। ਸੋ ਇਹ ਗੱਲਾਂ ਤੋਂ ਬੋਝ ਤੋਂ ਮੁਕਤ ਹੋਣ ਲਈ ਸਾਡੇ ਸੰਘਰਸ਼ ਚੱਲਦੇ ਨੇ, ਅਤੇ ਜਿਹੜੇ ਸਾਥੀ ਸਾਡੇ ਵਿਰੋਧ 'ਚ ਇਸ ਤਰ੍ਹਾਂ ਖੜ੍ਹੇ ਨੇ
ਵੀ ਇਹ ਕਿੰਨਾ ਹੀ ਜ਼ੋਰ ਲਾਉਣ ਮੰਗ ਰਹੇ ਅਸੀਂ ਸਰਕਾਰ ਨੂੰ ਬੋਝ ਕੇ ਦਿਨੇ ਕਹਿ ਦਾਂਗੇ ਵੀ ਸਾਨੂੰ ਮਨਜ਼ੂਰ ਹੈ ਜੀ ਅੱਜ ਹੀ ਦੇ ਦਿਓ ਉਹ ਤਾਂ ਅਸੀਂ ਵੀ ਚਾਹੁੰਦੇ ਹਾਂ ਅਤੇ ਉਹਨਾਂ 'ਤੇ ਬੋਝ ਕਿੰਨਾ ਹੋਊਗਾ ਤੁਸੀਂ ਇਹ ਸੋਚੋ ਉਹ ਜਦੋਂ ਆਪਦੇ ਘਰ ਗਏ ਹੋਣਗੇ ਆਪਦੇ ਬੱਚਿਆਂ ਨਾਲ ਉਹਨਾਂ ਨੇ ਅੱਖ ਮਿਲਾਈ ਹੋਊ ਅਤੇ ਉਹਨਾਂ ਨੇ ਜੇ ਮਨ 'ਚੋਂ ਸੋਚਿਆ ਹੋਊ ਵੀ ਅੱਜ ਅਸੀਂ ਕੀ ਕਰਕੇ ਆਏ ਹਾਂ ਇੱਕ ਪਾਸੇ ਤਾਂ ਉਹ ਬੰਦੇ ਨੇ ਜਿਹੜੇ ਜਾਨ ਦੀ ਬਾਜ਼ੀ ਲਾ ਰਹੇ ਨੇ ਅਤੇ ਉਹ ਕਿੰਨੀ ਜੱਦੋ ਜਹਿਦ ਸਰਕਾਰ ਨਾਲ ਕਰਕੇ ਗਏ ਨੇ ਅਤੇ ਅਸੀਂ ਸਿਰਫ ਇੱਕ ਸ਼ਬਦ ਬੋਲਿਆ ਮਗਰੋਂ ਜਾ ਕੇ ਵੀ ਸਰਕਾਰ ਜੀ ਤੁਸੀਂ ਵਧੀਆ ਹੋਊਗੇ ਤੁਸੀਂ ਠੀਕ ਹੋ ਅਤੇ ਸਾਨੂੰ ਤਾਂ ਆਹੀ ਦੇ ਦਿਓ ਜਿਹੜਾ ਦੇਣਾ ਚਾਹੁੰਦੇ ਹੋ ਹਾਲਾਂਕਿ ਉਹਨਾਂ ਨੇ ਇੱਕ ਸ਼ਬਦ ਵੀ ਨਹੀਂ ਆਏ ਕਿਹਾ ਹੋਣਾ ਕਿਹਾ ਹੀ ਨਹੀਂ ਵੈਸੇ ਮੇਰੀ ਗੱਲ ਹੀ ਹੋਈ ਹੈ ਜਦੋਂ ਕਿਉਂਕਿ ਮੇਰੇ ਕਲੋਜ਼ ਮਿੱਤਰ ਨੇ ਉਹ ਪਰ ਉਹਨਾਂ ਨੂੰ ਹੁਕਮ ਉੱਪਰੋਂ ਆਉਂਦਾ ਉਹ ਕਹਿੰਦੇ ਵੀ ਸਾਡੇ ਬੱਸ ਦੀ ਗੱਲ ਨਹੀਂ ਹੁਕਮ ਅਸੀਂ ਮੰਨਣਾ ਹੁੰਦਾ ਅਤੇ ਉਹ ਕਹਿੰਦੇ ਵੀ ਅਸੀਂ ਤਾਂ ਸ਼ਬਦ ਹੀ ਇੰਨਾ ਕਿਹਾ ਵੀ ਜੀ ਜਿਹੜਾ ਦੇ ਰਹੇ ਹੋ ਦੇ ਦਿਉ ਜਲਦੀ ਦੇ ਦਿਉ ਐਂ ਨਹੀਂ ਉਹਨਾਂ ਨੇ ਕੁਛ ਵੀ ਕਿਹਾ ਵੀ ਮਾੜਾ ਮੋਟਾ ਜੇ ਚੰਗਾ ਕਰ ਸਕਦੇ ਹੋ ਐਂ ਕਰ ਸਕਦੇ ਹੋ ਚੇਂਜ ਕਰ ਸਕਦੇ ਹੋ ਨੋ ਹਾਂ ਚੇਂਜ ਕਰਵਾਉਣ ਵਾਸਤੇ ਚੰਗਾ ਕਰਵਾਉਣ ਵਾਸਤੇ ਆਪਣੀ ਜੱਦੋ ਜਹਿਦ ਚੱਲਦੀ ਰਹੂਗੀ ਬਹੁਤ ਸਾਰੀਆਂ ਗੱਲਾਂ ਸਟੇਟ ਬੋਡੀ ਕਲੀਅਰ ਕਰੂਗੀ ਅਗਲੇ ਫੈਸਲੇ ਨੇ ਅਗਲੇ ਐਕਸ਼ਨ ਨੇ ਉਹ ਵੀ ਸਟੇਟ ਬੋਡੀ ਕਲੀਅਰ ਕਰੂਗੀ ਮੈਂ ਬਹੁਤ ਘੱਟ ਬੋਲਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਵੀ ਜੇ ਮੈਂ ਐਕਸ਼ਨ ਦਾ ਧੁਰਾ ਬਣ ਕੇ ਬੈਠਾਂ ਇੱਥੇ ਤਾਂ ਮੈਂ ਡਿਕਟੇਟਰ ਨਾ ਬਣਾ ਹੁਣ ਮੈਨੂੰ ਬਹੁਤ ਸਾਰੇ ਸਾਥੀ ਫੋਨ ਕਰ ਦਿੰਦੇ ਆ ਮੈਸੇਜ ਕਰ ਦਿੰਦੇ ਆ ਵੀ ਉਹਨੂੰ ਫਲਾਣੇ ਨੂੰ ਫੋਨ ਕਰੋ ਜੀ ਉਹ ਚੀਜ਼ ਨੂੰ ਐਂ ਕਰੋ ਆਹ ਐਕਸ਼ਨ ਨੂੰ ਐਂ ਲਿਖੋ ਮੈਂ ਉੱਥੇ ਕੁਛ ਨਹੀਂ ਕਰ ਸਕਦਾ ਕਿਉਂਕਿ ਜੇ ਮੈਂ ਇੱਥੋਂ ਪਲਾਨ ਕਰਕੇ ਵੀ ਥੱਲੇ ਭੇਜਦਾ ਤਾਂ ਉਹ ਡਿਕਟੇਟਰਸ਼ਿਪ ਹੈ ਉਹ ਮੇਰਾ ਕੋਈ ਮਤਲਬ ਸਹੀ ਤਰੀਕੇ ਦਾ ਐਕਸ਼ਨ ਨਹੀਂ ਹੈਗਾ ਮੈਂ ਇਸ ਐਕਸ਼ਨ ਦਾ ਵਜੂਦ ਬਣਿਆ ਹੋਇਆ ਐਕਸ਼ਨ ਨੂੰ ਕੰਟੀਨਿਊ ਚਲਾਉਣ ਦੇ ਲਈ ਇੱਕ ਤਪੱਸਿਆ ਗਈ ਮੇਰੇ ਵੱਲੋਂ ਤਾਂ ਤਪੱਸਿਆ ਹੋਰ ਕੋਈ ਨਹੀਂ ਤਪੱਸਿਆ ਦੇ ਵਿੱਚੋਂ ਤੁਸੀਂ ਕੀ ਕੱਢ ਸਕਦੇ ਹੋ ਤੁਸੀਂ ਕਿਹੋ ਜਿਹੇ ਫੈਸਲੇ ਲੈਂਦੇ ਹੋ ਉਹ ਕੇਡਰ ਅਤੇ ਸਟੇਟ ਬੋਰਡ ਸੋਚੂਗਾ ਹੈ ਨਾ ਮਤਲਬ ਮੇਰੀ ਤਪੱਸਿਆ 'ਚ ਘਾਟ ਆ ਗਈ ਤਾਂ ਮੈਨੂੰ ਦੱਸ ਦਿਓ ਵੀ ਇੱਥੇ ਐਂ ਘਾਟ ਆ ਹਾਂ ਜਿੰਨਾ ਚਰੀਰ ਸਰੀਰ ਕੰਮ ਕਰਦਾ ਅੱਜ ਹੋ ਗਈ 23 ਤਰੀਕ ਹੋ ਗਈ 10 ਦਿਨ ਹੋ ਗਏ ਅੱਜ ਅਤੇ ਕੋਈ ਪ੍ਰੋਬਲਮ ਨਹੀਂ ਚੜ੍ਹਦੀ ਕਲਾ ਦੇ ਵਿੱਚ ਬੈਠੇ ਹਾਂ ਆਪਦੇ ਹੱਕ ਵਾਸਤੇ ਲੜਾਂਗੇ ਆਪਦੇ ਬੱਚਿਆਂ ਨੂੰ ਇਹ ਕਹਿ ਸਕਦੇ ਹੋਈ ਸਕੀਏ ਵੀ ਬੇਟਾ ਜੀ ਅਸੀਂ ਮਤਲਬ ਕਿਤੇ ਅਨੁਸ਼ਾਸਨ ਨਹੀਂ ਭੰਗ ਕਰਿਆ ਅਸੀਂ ਕਿਤੇ ਜਥੇਬੰਦੇ ਲਈ ਲੋਕ ਹੱਕਾਂ ਦੇ ਲਈ ਲੜਦੇ ਹੋਏ ਅਜਿਹਾ ਕੰਮ ਨਹੀਂ ਕਰਿਆ ਜਿਹਦੇ ਨਾਲ ਤੁਹਾਡੀ ਧੌਣ ਨੀਵੀਂ ਹੋਵੇ ਅਸੀਂ ਇਸ ਬੋਝ ਤੋਂ ਮੁਕਤ ਰਹਿਣਾ ਚਾਹੁੰਦੇ ਹਾਂ ਜ਼ਿੰਦਗੀ ਦੇ ਵਿੱਚ ਜੋ ਪ੍ਰਾਪਤੀਆਂ ਹੁੰਦੀਆਂ ਨੇ ਉਹ ਸਮਾਂ ਦੱਸੂਗਾ ਸੋ ਉਹਨਾਂ ਦੋਸਤਾਂ ਮਿੱਤਰਾਂ ਨੂੰ ਮੇਰੀ ਬੇਨਤੀ ਹੈ ਹੱਥ ਬੰਨ ਕੇ ਬੇਨਤੀ ਹੈ ਵੀ ਇੰਨੀ ਵਿਰੋਧੀ ਲਾਈਨ ਨਾ ਕੱਢੋ ਵੀ ਤੁਸੀਂ ਮਤਲਬ ਐਂ ਮੂਹਰੇ ਜਾ ਕੇ ਡੱਟ ਕੇ ਸਰਕਾਰ ਦੇ ਪੱਖ 'ਚ ਖੜ੍ਹ ਜਾਓ ਇੱਧਰ ਅਸੀਂ ਲੜਾਈ ਵਾਲੇ ਪੱਖ 'ਚ ਖੜ੍ਹੇ ਹੋਈਏ ਘੰਟਾ ਦੋ ਘੰਟਿਆਂ ਦਾ ਤਾਂ ਫਰਕ ਪਾ ਲਿਆ ਕਰੋ ਦੋ ਚਾਰ ਘੰਟਿਆਂ ਦਾ 21 ਤਰੀਕ ਨੂੰ ਉਸੇ ਬੰਦੇ ਨੂੰ ਮਿਲ ਕੇ ਆਏ ਹਾਂ 22 ਨੂੰ ਫਿਰ ਮੰਗਰੀ ਜਾਂਦੇ ਹੋ ਮਿਲਣ ਸਿਰਫ ਇਹ ਕਹਿਣ ਵੀ ਸਾਨੂੰ ਮਨਜ਼ੂਰ ਹੈ ਮਨਜ਼ੂਰ ਸਾਨੂੰ ਵੀ ਹੈ ਦੋਸਤੋ ਹੁਣ ਕਲਿੱਕ ਨਾਲ ਸਾਡੇ ਮਸਲੇ ਹੱਲ ਨਹੀਂ ਹੁੰਦੇ ਮਤਲਬ ਮੈਨੂੰ ਐਂ ਸੀ ਮੈਂ ਸਾਡੇ ਸਾਥੀ ਉੱਥੇ ਬੈਠ ਕੇ ਕੱਲ੍ਹ ਉਹਦੀ ਕਹਿ ਦੇਣ ਵੀ ਅੱਜ ਹੀ ਕਲਿੱਕ ਕਰਾਓ ਜੀ ਹੁਣੇ ਕਰਾਓ ਅਸੀਂ ਸਾਰੇ ਇੱਥੇ ਬੈਠ ਕੇ ਕਰਦੇ ਹਾਂ ਪਰ ਕਲਿੱਕ ਹੋ ਗਿਆ ਫਿਰ ਤਨਖਾਹ ਨਹੀਂ ਨਾ ਬਣਨ ਲੱਗੀ ਕਲਿੱਕ ਹੋਣ ਨਾਲ ਅਸੀਂ ਰੈਗੂਲਰ ਨਹੀਂ ਨਾ ਹੋ ਗਏ ਉਹ ਸਾਰਾ ਕੁਛ ਵੀ ਤਾਂ ਚਾਹੀਦਾ ਜਿਹਦੇ ਨਾਲ ਸਾਡੀ ਉਹਦੇ ਤਨਖਾਹ ਬਣਨ ਲੱਗ ਜੇ ਉਹਦੇ ਸਾਨੂੰ ਕੋਈ ਇਸ ਤਰ੍ਹਾਂ ਦੇ ਜੁਆਇਨਿੰਗ ਲੈਟਰ ਮਿਲ ਜਾਣ ਵੀ ਅਸੀਂ ਉਸ ਪੋਸਟ 'ਤੇ ਹੁਣ ਬੈਠ ਗਏ ਉਹ ਸਾਰਾ ਕੁਛ ਵੀ ਤਾਂ ਚਾਹੀਦਾ ਨਾਲ ਉਹ ਸਾਰਾ ਕੁਛ ਇਸ ਧਰਨੇ ਦੀ ਬਦੌਲਤ ਮਿਲੂਗਾ ਇਹ ਗੱਲ ਹੁਣ ਤੁਸੀਂ ਵੀ ਸਮਝਦੇ ਹੋ ਵੀ ਜੇ ਸਰਕਾਰ ਕੋਈ ਸਟੈਪ ਚੱਕਣ ਜਾ ਰਹੀ ਹੈ ਨਾ ਕੱਚਾ ਪੱਕਾ ਜਿਹੇ ਜਿਹਾ ਵੀ ਉਹਨਾਂ ਦਾ ਪਲਾਨ ਹੈ ਜਾਂ ਉਹਨਾਂ ਦੀ ਪਾਲਿਸੀ ਦੇ ਅਕੋਰਡ ਹੈ ਕੁਛ ਵੀ ਹੈ ਉਹ ਆ ਧਰਨੇ ਦੀ ਬਦੌਲਤ ਨਿਕਲੂਗਾ ਹੁਣ ਨਹੀਂ ਸਰਕਾਰ ਜਨਵਰੀ 'ਚ ਲੈ ਕੇ ਜਾਂਦੀ ਅਤੇ ਜਨਵਰੀ 'ਚ ਕੋਡ ਆਫ ਕੰਡਕਟ ਲੱਗ ਜਾਣਾ ਇਹ ਤੁਹਾਨੂੰ ਸਭ ਨੂੰ ਪਤਾ ਇਲੈਕਸ਼ਨ ਹੋਣੀ ਹੈ ਕਿੰਨੇ ਪੜਾਵਾਂ 'ਚ ਹੁੰਦੀ ਹੈ 7 ਪੜਾਵਾਂ 'ਚ ਇਲੈਕਸ਼ਨ ਹੁੰਦੀ ਹੈ ਜਨਵਰੀ ਤੋਂ ਲੈ ਕੇ ਮਾਰਚ ਤੱਕ ਇਲੈਕਸ਼ਨ ਚੱਲਦੀ ਰਹਿੰਦੀ ਹੈ ਲੋਕ ਸਭਾ ਦੀ ਸੋ ਜਨਵਰੀ ਦੇ ਵਿੱਚ ਕੋਡ ਆਫ ਕੰਡਕਟ ਲੱਗ ਗਿਆ ਦਸੰਬਰ 'ਚ ਜਾ ਕੇ ਇਹ ਬੋਰਡ ਲਾਉਂਦੇ ਆਪਣੇ ਫੋਟੋਆਂ ਖਿਚਵਾਉਂਦੇ ਆਪਣੇ ਸਾਥੀਆਂ ਦੀਆਂ ਆਪਣੇ ਸਾਥੀਆਂ ਤੋਂ ਵੀਡੀਓ ਬਣਵਾਉਂਦੇ ਅਤੇ ਹੁਣ ਜਿਹੜਾ ਕੁਛ ਇਹਨਾਂ ਨੂੰ ਹੁਣ ਕਰਨਾ ਪਊਗਾ ਧਰਨੇ ਦੀ ਬਦੌਲਤ ਇਹ ਚੀਜ਼ ਤਾਂ ਨੇੜੇ ਲੈ ਕੇ ਆਵਾਂਗੇ ਖਿੱਚ ਕੇ ਅਤੇ ਇਹਦੇ ਵਿੱਚ ਕੁਛ ਇਹੋ ਜਿਹੀਆਂ ਗੱਲਾਂ ਫਿੱਟ ਕਰਵਾਵਾਂਗੇ ਵੀ ਜਿਹਦੇ ਨਾਲ ਸਾਨੂੰ ਇਹ ਚਾਨਣਾ ਹੋ ਜੇ ਵੀ ਅਸੀਂ ਹਾਂ ਅਸੀਂ ਰੈਗੂਲਰ ਆਉਣ ਵਾਲੇ ਟਾਈਮ 'ਚ ਪ੍ਰੋਪਰ ਲਾਭ ਤਹਿਤ ਸਾਨੂੰ ਇਹ ਸਾਰਾ ਕੁਛ ਮਿਲੂਗਾ ਉਹ ਗੱਲਾਂ 'ਚ ਲਿਖਤੀ ਹੋਣ ਉਹ ਇਹ ਚੀਜ਼ ਦੀ ਸਿਕਿਉਰਿਟੀ ਦਿੰਦੀਆਂ ਹੋਣ ਸਾਨੂੰ ਜਿਹੜੀ ਤਨਖਾਹ ਦੇ ਰਹੇ ਉਹ ਨਾ ਉੱਕਣ ਪੁੱਕੀ ਤਨਖਾਹ ਨਾ ਰਹੇ ਉਹ ਐਜ ਏ ਸਕੇਲ ਦੇ ਵਿੱਚੋਂ ਨਿਕਲੀ ਹੋਈ ਬੇਸਿਕ ਪੇ ਬਣੇ ਸਾਡੀ ਸੋ ਬਹੁਤ ਸਾਰੀਆਂ ਗੱਲਾਂ ਡੰਗਾਈ 'ਚ ਹੋਈਆਂ ਹੋਈਆਂ ਨੇਗੀਆਂ ਜਿਹੜੀਆਂ ਪ੍ਰਧਾਨ ਜੀ ਤੁਹਾਨੂੰ ਨੋਟ ਕਰਾਉਣਗੇ ਅਤੇ ਇੱਕ ਮੇਰੀ ਬੇਨਤੀ ਹੈ ਵੀ ਮੈਨੂੰ ਤੁਸੀਂ ਜ਼ਿਆਦਾ ਫੋਨ ਇਸ ਤਰੀਕੇ ਨਾਲ ਨਾ ਕਰੋ ਵੀ ਪ੍ਰਧਾਨ ਜੀ ਐਂ ਕਰੋ ਮੈਨੂੰ ਐਨਰਜੀ ਬਚਾ ਕੇ ਰੱਖਣ ਦੀ ਮਤਲਬ ਹੁੰਦੀ ਹੈਗੀ ਇਸ 'ਚ ਮਨ ਹੁੰਦਾ ਹੈਗਾ ਅਤੇ ਇਹ ਸਾਰੀਆਂ ਤੁਸੀਂ ਸਟੇਟ ਬੋਡੀ ਨਾਲ ਕਰ ਸਕਦੇ ਹੋ ਉਹਨਾਂ ਨੂੰ ਫੈਸਲੇ ਦੇ ਸਕਦੇ ਹੋ ਉਹਨਾਂ ਨੂੰ ਸੁਝਾਅ ਦੇ ਸਕਦੇ ਹੋ ਉਹ ਮੰਨਦੇ ਆ ਨਹੀਂ ਮੰਨਦੇ ਕਿਵੇਂ ਉਹਨਾਂ ਨੂੰ ਸਫੀਸੈਂਟ ਲੱਗੂਗੀ ਗੱਲ ਤੁਹਾਡੀ ਉਹ ਅੱਗੇ ਲੈ ਕੇ ਜਾਂਦੇ ਆ ਇਹ ਉਹਨਾਂ ਦੀ ਮਰਜ਼ੀ ਆ ਆਪਾਂ ਮੈਂ ਇੱਥੋਂ ਨਹੀਂ ਕੁਛ ਕਹਿ ਸਕਦਾ ਫਿਰ ਉਹ ਡਿਕਟੇਟਰਸ਼ਿਪ ਵਾਲੀ ਗੱਲ ਹੋ ਸਕਦੀ ਹੈ ਰਾਏ ਦੇ ਤੌਰ 'ਤੇ ਮੈਂ ਕਦੇ ਨੋਟ ਕਰਾ ਸਕਦਾ ਗੱਲ ਸੋ ਧਰਨਾ ਚੱਲੀ ਜਾਊਗਾ ਜੀ ਕੰਟੀਨਿਊ ਚੱਲਦਾ ਰਹੂਗਾ ਸਾਰੇ ਸਾਥ ਦਿਓ ਅਗਲੇ ਐਕਸ਼ਨ ਹੋਣਗੇ ਜਿਵੇਂ ਪਲਾਨ ਚੱਲੂਗਾ ਆਪਾਂ ਇਸ ਧਰਨੇ ਦੇ ਵਿੱਚ ਮੌਜੂਦ ਰਹਾਂਗੇ
ਸੋ ਵਧੀਆ ਤਰੀਕੇ ਨਾਲ ਚੱਲੀ ਜਾਂਦਾ ਧਰਨਾ। ਪਿੰਡ ਦੇ ਲੋਕਾਂ ਦਾ ਬੜਾ ਸਹਿਯੋਗ ਹੈ, ਭਰਾਤਰੀ ਜਥੇਬੰਦੀਆਂ ਦਾ ਬੜਾ ਸਹਿਯੋਗ ਹੈ। ਭਰਾਤਰੀ ਜਥੇਬੰਦੀਆਂ ਦੇ ਸਾਥੀ ਡੇਲੀ ਆਉਂਦੇ ਆ ਅਤੇ ਐਕਸ਼ਨ ਦੀ ਉਡੀਕ ਵੀ ਕਰਦੇ ਆ ਵੀ ਅੱਗੇ ਕੀ ਐਕਸ਼ਨ ਹੋਊਗਾ। ਸੋ ਕੰਟੀਨਿਊ ਚੱਲੀ ਜਾਇਓ ਜੀ। ਅਤੇ ਜੇ ਕਿਸੇ ਦਾ ਕੋਈ ਸਵਾਲ ਇੱਦਾਂ ਦਾ ਹੁੰਦਾ, ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜਾ ਕੋਈ ਇਸ ਤਰ੍ਹਾਂ ਦਾ ਸਵਾਲ ਆ ਜਾਂਦਾ, ਕਈ ਵਾਰ ਜਿਹੜਾ ਸਾਰੇ ਪੰਜਾਬ ਨੂੰ ਹਿਲਾ ਦਿੰਦਾ। ਹੁਣ ਕੱਲ੍ਹ ਇੱਕ ਫਿਰਦਾ ਸੀ ਮੈਸੇਜ ਆ ਵੀ ਆ ਕੇ ਜੀ ਇਹ ਉੱਥੇ ਕਲਿੱਕ ਦੀ ਪ੍ਰਵਾਨਗੀ ਲੈਣ ਗਏ ਸੀਗੇ। ਅਸੀਂ ਕਿੱਥੋਂ ਕਹਿੰਦੇ ਵੀ ਕਲਿੱਕ ਨਾ ਕਰਵਾਓ, ਅਸੀਂ ਤਾਂ ਕਹਿੰਦੇ ਵੀ ਇੱਕ ਘੰਟੇ 'ਚ ਕਰਵਾ ਲਓ, ਸਾਡੇ ਲੋਕਾਂ ਦੇ ਮਨ 'ਚ ਜਿਹੜੀ ਉਹ ਡਰ ਹੈ ਉਹ ਜਲਦੀ ਖਤਮ ਹੋਵੇ ਅਤੇ ਸਾਨੂੰ ਉਹਦਾ ਸ਼ੀਸ਼ਾ ਪਤਾ ਲੱਗ ਜੇ ਵੀ ਇਸ ਚੀਜ਼ 'ਚ ਕਲਿੱਕ ਕਰਾਉਣ ਤੋਂ ਬਾਅਦ ਕੀ ਮਿਲ ਗਿਆ, ਤਨਖਾਹ ਬਣਨ ਲੱਗ ਗਈ ਜਾਂ ਨਹੀਂ, ਜੁਆਇਨਿੰਗ ਲੈਟਰ ਬਣ ਗਏ ਜਾਂ ਨਹੀਂ, ਉਹਦੇ ਵਿੱਚ ਲਿਖਿਆ ਕੀ ਹੈ, ਉਹ ਸਾਡੀ ਗਾਹਾਂ ਤਸੱਲੀ ਹੁੰਦੀ ਹੈ ਜਾਂ ਨਹੀਂ ਉਹਦੇ ਨਾਲ, ਇਹ ਸਾਰੀ ਚੀਜ਼ ਮਿਲੂਗੀ। ਹੁਣ ਧਰਨੇ ਦੀ ਬਦੌਲਤ ਜੇ ਮਿਲੂਗੀ ਤਾਂ, ਹਜੇ ਮੈਂ ਜੇ ਸ਼ਬਦ ਲਾਇਆ, ਹਜੇ ਵੀ ਸਰਕਾਰ ਦੇਣ ਦੇ ਰੌਚ ਨਹੀਂ ਹੈਗੀ। ਫਿਰ ਉਦੋਂ ਬਾਅਦ ਜੇ ਸਾਨੂੰ ਉਹ 'ਚ ਲੱਗਣਗੀਆਂ ਗੱਲਾਂ ਵੀ ਹਾਂ ਸਾਡੇ ਭਵਿੱਖ ਨੂੰ ਸੁਰੱਖਿਅਤ ਕਰਦੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਅਸੀਂ ਸਰਕਾਰ ਨਾਲ ਡਿਸਕਸ ਕਰੀਆਂ ਵੀ ਇਹਨਾਂ ਦੇ ਵਿੱਚ ਆਹ ਪਾਓ ਜਿਹਦੇ ਨਾਲ ਸਾਡੀ ਸਿਕਿਉਰਿਟੀ ਬਣੇ, ਜੋ ਪੈਂਦੀਆਂ ਨੇਗੀਆਂ ਮੀਡੀਆ 'ਚ ਇਸ ਤਰ੍ਹਾਂ ਦੀ ਅਨਾਊਂਸਮੈਂਟ ਹੁੰਦੀ ਹੈ ਵੀ ਜਿਹਦੇ ਨਾਲ ਸਾਡਾ ਅੱਗੇ ਜਾ ਕੇ ਭਵਿੱਖ ਐਂ ਸੁਰੱਖਿਅਤ ਹੋਊਗਾ, ਫਿਰ ਕਿਤੇ ਜਾ ਕੇ ਅਸੀਂ ਸੋਚਣ ਲਈ ਮਜਬੂਰ ਹੋਵਾਂਗੇ। ਸਾਡੇ ਲੋਕਾਂ ਨੂੰ ਸੁਰੱਖਿਅਤ ਕਰਨ ਦੇ ਵਿੱਚ ਇਹ ਅਸੀਂ ਐਲਾਨ ਕਰ ਸਕਾਂਗੇ ਵੀ ਇੱਦਾਂ ਸੁਰੱਖਿਅਤ ਅਸੀਂ ਹੋ ਰਹੇ ਹਾਂ ਨਾ। ਸੋ ਅਸੀਂ ਕਿਸੇ ਵੀ ਗੱਲ ਤੋਂ ਜਿਹੜਾ ਮਤਲਬ ਤੁਹਾਡੇ ਦਿਮਾਗ 'ਚ ਇਹ ਹੈ ਵੀ ਧਰਨੇ ਨਾਲ ਆਹ ਖਰਾਬ ਨਾ ਹੋ ਜੇ, ਉਹ ਅਸੀਂ ਤੁਹਾਡੇ ਹੱਕ 'ਚ ਹੀ ਹਾਂ ਵੀ ਕੁਛ ਨਹੀਂ ਖਰਾਬ ਹੋਣ ਦਿੰਦੇ, ਪਰ ਸਰਕਾਰ ਕੁਛ ਨਹੀਂ ਦੇ ਰਹੀ। ਹੁਣ ਅਸੀਂ ਸਾਡੀ ਪਹਿਲੀ ਡਿਮਾਂਡ ਸੀ ਵੀ ਜਿਹੜਾ ਤੁਸੀਂ ਦਿੰਦੇ ਹੋ ਪਹਿਲਾਂ ਤਾਂ ਉਹ ਨੋਟ ਦਿਓ ਬਸ। ਹੁਣ ਇੱਕ ਤਾਂ ਗੱਲ ਇਹ ਹੁੰਦੀ ਹੈ ਵੀ ਜਿਹੜਾ ਤੁਸੀਂ ਦੇ ਰਹੇ ਹੋ ਸਾਨੂੰ ਮਨਜ਼ੂਰ ਨਹੀਂ ਹੈਗਾ, ਇੱਕ ਤਾਂ ਇਹ ਮਾੜੀ ਗੱਲ ਹੈ, ਇਹ ਅਸੀਂ ਕਰੀ ਨਹੀਂ। ਅਸੀਂ ਕਹਿੰਦੇ ਵੀ ਜਿਹੜਾ ਵੀ ਤੁਸੀਂ ਦਿੰਦੇ ਹੋ ਅੱਜ ਦਿਓ, ਤੁਸੀਂ ਕੱਲ੍ਹ ਨੂੰ ਦੇਣਾ ਚਾਹੁੰਦੇ ਹੋ ਅੱਜ ਹੀ ਦਿਓ। ਇਹਦੇ ਆਧਾਰ 'ਤੇ ਜੇ ਤੁਹਾਨੂੰ ਐਂ ਲੱਗਦਾ ਵੀ ਧਰਨਾ ਖਤਮ ਹੋਜੂ ਤਾਂ ਹੁੰਦਾ ਤਾਂ ਹੋ ਜਾਣ ਦਿਓ, ਜਦੋਂ ਤੁਸੀਂ ਚੰਗਾ ਦਿਓਗੇ ਤਾਂ ਧਰਨਾ ਆਲਰੇਡੀ ਖਤਮ ਹੋਜੂ, ਮਾੜਾ ਦਿਓਗੇ ਤਾਂ ਸਾਡੇ ਲੋਕ ਆਖਣਗੇ ਵੀ ਧਰਨਾ ਕੰਟੀਨਿਊ ਚੱਲੇ, ਲੋਕ ਵੀ ਫੈਸਲਾ ਦੇਣਗੇ ਫਿਰ। ਪਰ ਜਿਹੜਾ ਕੁਝ ਦੇਣਾ ਚਾਹੁੰਦੇ ਉਹ ਅਸੀਂ ਇਸ ਧਰਨ ਦੀ ਬਦੌਲਤ ਅੱਜ ਤਾਂ ਲੈ ਲਈਏ। ਸੋ ਬੜੀਆਂ ਗੱਲਾਂ ਨੇਗੀਆਂ। ਹੁਣ ਕਈ ਵਾਰ ਗੱਲ 'ਚੋਂ ਕੋਈ ਹੋਰ ਮਤਲਬ ਜਾਂ ਨਾ ਕੱਢ ਲਿਓ ਵੀ ਕਿਵੇਂ ਆ, ਹੈ ਨਾ, ਕਿਉਂਕਿ ਲੰਬੀਆਂ ਹੋ ਜਾਂਦੀਆਂ ਵੀਡੀਓ, ਮੈਨੂੰ ਠੀਕ ਨਹੀਂ ਲੱਗਦੀਆਂ ਵੀ ਐਵੇਂ ਭਾਸ਼ਣ ਜਿਹਾ ਝਾੜੀ ਜਾਣਾ। ਅਤੇ ਅੱਗੇ ਆਪਾਂ ਕਰਦੇ ਰਹਾਂਗੇ ਗੱਲ ਡੇਲੀ, ਜਿਵੇਂ ਵੀ ਹੋਇਆ ਧਰਨੇ 'ਚ ਆਉਂਦੇ ਰਹੋ। ਬਹੁਤ ਬਹੁਤ ਧੰਨਵਾਦ।